ਤੇ ਉਮੀਦ ਕਰਨਾ ਕਿ ਸਾਰੇ ਭਰਾ ਖੈਰ ਖਰੀਅਤ ਨਾਲ ਹੋਣਗੇ ਤੇ ਖੁਸ਼ ਹੋਣਗੇ ਜਿੱਥੇ ਜਿੱਥੇ ਤੁਸੀਂ ਆਬਾਦ ਜੇ ਅੱਲਾ ਪਾਕ ਤੁਹਾਡੇ ਡੇਰੇ ਆਬਾਦ ਰੱਖੇ ਤੇ ਅੱਲਾ ਪਾਕ ਤੁਹਾਨੂੰ ਤੰਦਰੁਸਤੀ ਦੇਵੇ। ਅੱਜ ਜਨਾਬ ਅਸੀਂ ਬੋੜਾ ਸ਼ਰੀਫ ਦੇ ਵਿੱਚ ਆਏ ਹੋਏ ਹਾਂ, ਗੁਜਰਾਤ ਦੇ ਕੋਲ ਹੀ ਬੋੜਾ ਸ਼ਰੀਫ ਹੈ, ਚੌਧਰੀ ਅੰਸਰ ਸਾਹਿਬ ਹੈਗੇ ਨੇ ਉਹਨਾਂ ਦੇ ਡੇਰੇ ਤੇ ਅਸੀਂ ਆਏ ਹਾਂ, ਡੇਰਾ ਵੀ ਅਸੀਂ ਤੁਹਾਨੂੰ ਵਿਜ਼ਿਟ ਕਰਵਾਵਾਂਗੇ ਤੇ ਇਨਸ਼ਾਅੱਲਾ ਉਹਨਾਂ ਦੇ ਕੋਲ ਇੱਕ ਬਹੁਤ ਹੀ ਮਾਸ਼ਾਅੱਲਾ ਖੂਬਸੂਰਤ ਘੋੜੀ ਹੈ, ਇਹ ਫੋਰ ਸੇਲ ਘੋੜੀ ਹੈਗੀ ਹੈ ਔਰ ਕ੍ਰਾਸ ਹੋਈ ਹੋਈ ਘੋੜੀ ਹੈ ਔਰ ਸਾਰੀਆਂ ਚੀਜ਼ਾਂ ਅਸੀਂ ਇਨਸ਼ਾਅੱਲਾ ਤੁਹਾਨੂੰ ਦਿਖਾਵਾਂਗੇ। ਇਹਦੇ 'ਚ ਅਸੀਂ ਕੋਈ ਲੋਕੋਲਾ ਨਹੀਂ ਕਰਨਾ, ਜੋ ਚੀਜ਼ ਹੈ ਤੁਹਾਡੇ ਸਾਹਮਣੇ ਹੈਗੀ ਹੈ, ਕੋਈ ਇਹ ਨਹੀਂ ਹੈਗੀ ਕਿ ਅਸੀਂ ਦੂਸਰਿਆਂ ਦੀ ਤਰ੍ਹਾਂ ਅਸੀਂ ਹਰ ਚੀਜ਼ ਨੂੰ ਪਰਦਾ ਰੱਖਾਂਗੇ, ਹਰ ਚੀਜ਼ ਇੱਕ ਇੱਕ ਚੀਜ਼ ਤੁਹਾਡੇ ਨਾਲ ਇਨਸ਼ਾਅੱਲਾ ਸ਼ੇਅਰ ਕਰਾਂਗੇ ਤਾਂ ਕਿ ਤੁਹਾਨੂੰ ਜਾਨਵਰ ਦੇ ਮੁਤਲਕ ਪੂਰੀ ਆਗਾਹੀ ਆ ਜਾਵੇ। ਇਸ ਤੋਂ ਇਲਾਵਾ ਜਨਾਬ ਇਹ ਵੀਡੀਓ ਇੱਥੇ ਖਤਮ ਨਹੀਂ ਹੋ ਜਾਣੀ, ਇਸ ਵੀਡੀਓ ਤੋਂ ਬਾਅਦ ਦੂਸਰੀ ਵੀਡੀਓ ਅਸੀਂ ਬਣਾਵਾਂਗੇ ਇਹੋ ਹੀ ਚੌਧਰੀ ਸਾਹਿਬ ਦੇ ਕੋਲੇ। ਮਾਸ਼ਾਅੱਲਾ ਬਹੁਤ ਖੂਬਸੂਰਤ ਘੋੜੇ ਹੈਗੇ ਨੇ ਅਤੇ ਉਹ ਵੀ ਅਸੀਂ ਤੁਹਾਨੂੰ ਦਿਖਾਵਾਂਗੇ, ਮਗਰ ਇਹਦਾ ਘੋੜੀ ਦਾ ਅਸੀਂ ਤੁਹਾਨੂੰ ਬਕਾਇਦਾ ਦੱਸਦੇ ਪਏ ਹਾਂ ਕਿ ਇਹ ਘੋੜੀ ਜਨਾਬ ਫੋਰ ਸੇਲ ਹੈ ਅਤੇ ਜਨਾਬ ਇਹ ਘੋੜੀ ਗੌਰ ਨਾਲ ਤੁਹਾਨੂੰ ਅਸੀਂ ਦਿਖਾਉਂਦੇ ਹਾਂ ਹਰ ਚੀਜ਼ਾਂ ਇਹਦੇ ਵਿੱਚ। ਲਓ ਜਨਾਬ ਇਹਦੇ ਵਿੱਚ ਹਰ ਚੀਜ਼ਾਂ ਅਸੀਂ ਤੁਹਾਨੂੰ ਦਿਖਾਉਂਦੇ ਹਾਂ, ਪਹਿਲੇ ਅਸੀਂ ਤੁਹਾਡਾ ਤਾਰਫ ਕਰਾਉਂਦੇ ਹਾਂ ਸ਼ਾਹ ਜੀ ਨਾਲ। ਅਸਲਾਮ ਅਲੈਕੁਮ ਸ਼ਾਹ ਜੀ। ਜੀ ਵਾਲੇਕੁਮ ਸਲਾਮ ਸ਼ਾਹ ਜੀ। ਪਹਿਲਾਂ ਤਾਂ ਸਾਡੇ ਜਿਹੜੇ ਨਾਜ਼ਰੀਨ ਨੇ ਦੇਖਣ ਵਾਲੇ ਨੇ ਮਾਸ਼ਾਅੱਲਾ ਤੁਸੀਂ ਵੀ ਕਦਰਦਾਨ ਹੈਗੇ ਜੇ ਜਾਨਵਰਾਂ ਦੇ, ਅੱਲਾ ਪਾਕ ਤੁਹਾਨੂੰ ਸਲਾਮਤ ਰੱਖੇ ਤੇ ਤੁਹਾਡਾ ਇਸਵੇਂ ਗ੍ਰਾਮੀ ਤੁਹਾਡਾ ਨਾਮ ਸੈਯਦ ਆਸਿਫ ਹੁਸੈਨ ਸ਼ਾਹ ਨਾਮ ਹੈ ਤੇ ਬੋੜੇ ਆਪਣਾ ਚੌਧਰੀ ਅੰਸਰ ਸਾਹਿਬ ਪਟਵਾਰੀ ਸਾਹਿਬ ਨੇ, ਚੌਧਰੀ ਅਸਗਰ ਸਾਹਿਬ ਉਹਨਾਂ ਦੇ ਬੇਟੇ ਨੇ, ਬਾਹਰ ਜਰਮਨ ਹੁੰਦੇ ਨੇ, ਇਹ ਉਹਨਾਂ ਦਾ ਡੇਰਾ ਹੈ ਅਤੇ ਉਹਨਾਂ ਦੇ ਡੇਰੇ 'ਤੇ ਮਾਸ਼ਾਅੱਲਾ ਜਾਨਵਰ ਬੱਝੇ ਨੇ ਅਤੇ ਬੜਾ ਪਿਆਰਾ ਜਿਹਾ ਸ਼ੌਕ ਹੈ ਉਹਨਾਂ ਦਾ ਅਤੇ ਤੁਸੀਂ ਆਏ ਹੋ, ਤੁਹਾਡੇ ਨਾਲ ਪਿਆਰ ਮੁਹੱਬਤ ਵੀ ਹੈ, ਜਿਹੜੀ ਵੀ ਗੱਲ ਹੋਵੇ ਦੀ ਇਨਸ਼ਾਅੱਲਾ ਸਾਫ਼ ਸੁਥਰੀ ਹੋਵੇ ਜੀ। ਮਾਸ਼ਾਅੱਲਾ, ਅੱਲਾ ਪਾਕ ਜਨਾਬ ਤੁਹਾਨੂੰ ਤਰੱਕੀਆਂ ਦੇਵੇ ਔਰ ਸਿਹਤ ਅਤਾ ਕਰੇ। ਅੱਛਾ ਸ਼ਾਹ ਜੀ, ਮਾਸ਼ਾਅੱਲਾ ਇਹ ਘੋੜੀ ਜਿਹੜੀ ਆਪਣੇ ਕੋਲ ਇਹ ਇਹਦੇ ਬਾਰੇ 'ਚ ਕੋਈ ਦੱਸੋ ਸਾਨੂੰ, ਹਿਸਟਰੀ ਦੱਸੋ, ਨਾਜ਼ਰੀਨ ਨੂੰ ਦੱਸੋ ਕਿ ਇਹ ਘੋੜੀ ਜਿਹੜੀ ਹੈਗੀ ਹੈ ਇਸ ਟਾਈਮ ਇਹਦੀ ਸਭ ਨਾਲੋਂ ਪਹਿਲੇ ਉਮਰ ਕੀ ਹੈਗੀ? ਇਹਦੀ ਉਮਰ 12 ਤੋਂ 13 ਸਾਲ ਕਮੋ ਪੇਸ਼ ਜਿਹੜੀ ਹੈ ਇਹ ਲੱਗਦੀ ਹੈ ਸਾਨੂੰ, ਇਹਦਾ ਸਹੀ ਤਰ੍ਹਾਂ ਪਤਾ ਕੋਈ ਨਹੀਂ ਜੀ, ਕਿਉਂਕਿ ਅਸੀਂ ਲਿਆਂਦੀ ਹੈ ਆਪਣੇ ਜਿਹੜਾ ਨਾ ਉੱਥੋਂ ਮੰਡੀ ਬਾਬਲਦੀਨ ਤੋਂ ਜੀ, ਆਪਣੇ ਡੀਪੂ ਚੋਂ, ਫੌਜੀ ਜਿਹੜਾ ਡੀਪੂ ਉਹ ਮੋਨਾ ਵਾਲਾ ਜਿਹੜਾ ਜੀ ਜੀ ਮੋਨਾ ਡੀਪੂ ਜੀ ਜੀ, ਇਹ ਮੋਨੇ ਡੀਪੂ ਤੋਂ ਆਈ ਜੇ ਜੀ ਅਤੇ ਫਿਲਹਾਲ ਕਾਗਜ਼ਾਤ ਤੇ ਉੱਥੇ ਹੀ ਨੇ ਤੇ ਅਸੀਂ ਤੇ ਲੈ ਕੇ ਕੋਈ ਚੀਜ਼ ਨਹੀਂ ਸੀ ਆਏ ਜੀ ਜੀ, ਇਸ ਵਜ੍ਹਾ ਤੋਂ ਸਾਨੂੰ ਸਹੀ ਇਲਮ ਨਹੀਂ ਆਇਆ ਵੀ ਤੁੰਜ ਮੈਂ ਜਿਹੜੀ ਇਹ ਘਰੋਂ ਪੁੱਛ ਕੇ ਤੇ ਦੱਸ ਸਕਣਾ ਆ ਬਾਅਦ ਵਿੱਚ ਤੁਹਾਨੂੰ ਕਿ ਬਈ ਇਹਦੀ ਉਮਰ ਹੈ ਜਿਹੜੀ ਐਗਜ਼ੈਕਟ ਕੀ ਹੈ ਜੀ। ਅੱਛਾ ਸ਼ਾਹ ਜੀ, ਇਹ ਹੁਣ ਤੀਕਰ ਇਹ ਘੋੜੀ ਕਿੰਨੇ ਸੂਏ ਦੇ ਚੁੱਕੀ ਹੈ ਤੇ ਤੁਹਾਡੇ ਕੋਲ ਇਹ ਕਿੰਨਵਾਂ ਸੂਆ ਹੈ ਜੀ? ਦੂਸਰਾ ਸੂਆ ਹੈ ਜਾਂ ਤੀਸਰਾ ਸੂਆ ਹੈ ਜੀ, ਤੇ ਪਹਿਲੇ ਸੂਏ ਕਿੰਨੇ ਸੂਈ ਹੈ ਪਹਿਲੇ ਦਾ ਨਹੀਂ ਪਤਾ, ਇੱਕ ਸੂਆ ਸਾਡੇ ਕੋਲ ਪਹਿਲਾਂ ਸੂਈ ਹੈ। ਇਹਦਾ ਘੋੜਾ ਜਿਹੜਾ ਤ੍ਰੈ ਚੱਕ ਭੱਜਦਾ ਪਿਆ ਮੀਆਂ ਜਵੇਰ ਸਾਹਿਬ ਕੋਲ ਜੀ, ਅਤੇ ਬਹੁਤ ਹੀ ਖੂਬਸੂਰਤ ਕੱਕੇ ਰੰਗ ਦਾ ਘੋੜਾ ਕਰਮਾ ਵਾਲਾ ਅਤੇ ਬਹੁਤ ਨਾਮੀ ਗ੍ਰਾਮੀ ਜੀ ਜੀ, ਮੀਆਂ ਜਵੇਰ ਸਾਹਿਬ ਕੋਲ ਜੀ, ਮੀਆਂ ਜਵੇਰ ਸਾਹਿਬ। ਠੀਕ ਹੋ ਗਿਆ, ਅਤੇ ਮਾਸ਼ਾਅੱਲਾ ਬਹੁਤ ਖੂਬਸੂਰਤ ਜਾਨਵਰ ਹੈ, ਸਾਰੀ ਦੁਨੀਆ ਜਾਣਦੀ, ਤਕਰੀਬਨ ਪਾਕਿਸਤਾਨ ਜਾਣਦਾ, ਸ਼ਿਕਾਰੀ ਸਾਰੇ ਜਾਣਦੇ ਨੇ ਜੀ, ਕੋਈ ਐਸਾ ਮਸਲਾ ਨਹੀਂ ਹੈ ਵੀ, ਬਾਕੀ ਜਿਹੜੀ ਵੀ ਤਸੱਲੀ ਹੋਵੇ ਉਹ ਅਸੀਂ ਇਨਸ਼ਾਅੱਲਾ ਤੁਹਾਨੂੰ ਕਰਾਵਾਂਗੇ। ਯਾਨੀ ਕਿ ਅਸੀਂ ਤੁਸੀਂ ਜਿਹੜਾ ਇਹਦੀ ਜਿਹੜੀ ਕ੍ਰਾਸਿੰਗ ਦੀ ਉਹ ਗਰੰਟੀ ਅਸੀਂ ਦੇਵਾਂਗੇ ਜੀ। ਅਤੇ ਸ਼ਾਹ ਜੀ, ਇੱਕ ਹੋਰ ਤੁਸੀਂ ਮੈਨੂੰ ਦੱਸ ਰਹੇ ਸੀ ਕਿ ਇਹਦਾ ਇੱਕ ਹੋਰ ਵਛੇਰਾ ਜਿਹੜਾ ਹੈਗਾ ਉਹ ਤੁਹਾਡੇ ਕੋਲ ਹੈਗਾ ਜੀ? ਹਾਂ ਜੀ, ਉਹ ਵਛੇਰਾ ਜੀ ਸਾਡੇ ਕੋਲ ਮਾਸ਼ਾਅੱਲਾ, ਇਹਦਾ ਹੀ ਉਹ ਪੁੱਤਰ ਹੈ, ਆ ਜੋ ਤੁਹਾਨੂੰ ਦੱਸਣੇ ਆ ਨੇੜੇ ਜੀ, ਤੁਹਾਨੂੰ ਵਿਜ਼ਿਟ ਕਰਾਉਂਦੇ ਆ ਉਹਦਾ ਵੀ ਜੀ। ਮਾਸ਼ਾਅੱਲਾ ਫਿਰ ਇਹਦਾ ਪੱਕਾ ਕਰਾਂਗੇ, ਫਿਲਹਾਲ ਆਪਣੇ ਕੋਲ ਨਾ ਇਹਦਾ ਹੈ ਜੀ, ਨੌਕਰ 5 ਦਿਨ ਦਾ ਜੀ। ਤੇ ਸ਼ਾਹ ਜੀ, ਇਹਦੀ ਉਮਰ ਕਿੰਨੀ ਹੈ ਇਸ ਟਾਈਮ? ਹੋ ਗਈ ਇਹਦੀ ਉਮਰ 2.5 ਸਾਲ ਹੋ ਗਈ ਜੇ। ਅੱਛਾ ਜੀ, ਤੇ ਮਾਸ਼ਾਅੱਲਾ ਦੇਖ ਲਓ ਤੁਹਾਡੇ ਸਾਹਮਣੇ ਬਹੁਤ ਹੀ ਖੂਬਸੂਰਤ। ਲਓ ਜੀ ਮਾਸ਼ਾਅੱਲਾ, ਇਹ ਸਿਰਫ ਸ਼ੌਕੀਨ ਬੰਦਿਆਂ ਵਾਸਤੇ, ਇਹ ਸਰ ਸ਼ੌਕੀਨ ਵਾਸਤੇ ਹਾਂਜੀ, ਬਾਕੀ ਇਹ ਸੇਲ ਵਾਲਾ ਨਹੀਂ ਹੈਗਾ ਜੇ। ਤੁਸੀਂ ਸਹੀ ਕੀਤਾ ਜੇ, ਤੁਸੀਂ ਦੱਸ ਦਿੱਤਾ ਜੇ ਕਿ ਲੋਕ ਫਿਰ ਜ਼ਿਆਦਾ ਉਹ ਕਹਿੰਦੇ ਨੇ ਨਹੀਂ ਜੀ, ਤੁਸੀਂ ਸ਼ਾਹ ਜੀ ਹੁਣ ਦੱਸੋ ਇਹੋ ਘੋੜੇ ਦੀ ਗੱਲ ਕਰੋ। ਇਹ ਸਾਡਾ ਪਿਆਰ ਹੈ ਬਸ, ਇਹ ਜਨਾਬ ਸ਼ਾਹ ਜੀ ਨੇ ਆਪਣਾ ਤੁਹਾਨੂੰ ਪਿਆਰ ਜਿਹੜਾ ਨਾ ਉਹ ਦਿਖਾਇਆ ਕਿ ਸਾਡੇ ਇਹ ਪਿਆਰ ਵਾਲਾ ਜੀ ਹੈ ਤੇ ਇਹ ਜਿਹੜਾ ਹੈ ਮਾਸ਼ਾਅੱਲਾ ਪਿਆਰ ਹੈ ਜੀ, ਇਹ ਸੇਲ ਵਾਲਾ ਨਹੀਂ ਹੈ ਹਾਂਜੀ। ਹਾਂ, ਤੇ ਇਨਸ਼ਾਅੱਲਾ ਮਜ਼ੀਦ ਤੁਹਾਨੂੰ ਹੋਰ ਵੀ ਦਿਖਾਵਾਂ ਤੇ ਵੀਡੀਓ ਦੇ ਵਿੱਚ,
जानवर मजीद अच्छे अच्छे जो शौकीन हजरात ने देखने वाले ने जमीन रखते हैं उन्होंने वास्ते मैं इंशाला चार साल तो बाद सवारी करांगे। ते शाह जी इन्दे कोई ब्लड का कोई पता जे ये किंदा बेटा है मां है सिर्फ लिखण होया जी कागज ते मैनूं याद नहीं आ रहा है भी एदा ते ओ जिहड़ा अपना त्राए चक वाला घोड़ा है ना जी जी माशाल्लाह बहुत खूबसूरत घोड़ा है जी। अल्लाह पाक इन जिंदगी करे सेहत और तंदुरुस्ती देवे जी घोड़े ने भी ते मालका ने भी अल्लाह पाक जी आमीन। अच्छा शाह जी एक होर तुहाडे कोले मैं देखी सी दूरों देखी सी तुहाडे डेरे दे विच पहले आंदे जाईए ते पहली नज़र उंदे उत्ते पैंदी है ਉਹ ਕੀ ਚੀਜ਼ ਰੱਖੀ ਹੋਈ ਜੇ ਉਹ ਵੀ ਬੜੀ ਸਪੈਸ਼ਲ ਚੀਜ਼ ਹੈ ਉਹ ਜਿਸ ਟਾਈਮ ਦੇਖੋ ਤੇ ਤੁਹਾਨੂੰ ਖੁਦ ਹੀ ਪਤਾ ਲੱਗ ਜੇਗਾ ਮਾਸ਼ਾਅੱਲਾ ਉਹ ਵੀ ਬਹੁਤ ਖੂਬਸੂਰਤ ਚੀਜ਼ ਹੈ ਤੇ ਬੜੀ ਸਮਝ ਲਓ ਭਈ ਉਹਦਾ ਖੂਨ ਬੜਾ ਤਗੜਾ ਹੈ ਮਾਸ਼ਾਅੱਲਾ ਆ ਤੇ ਇਨਸ਼ਾਅੱਲਾ ਜਿਸ ਟਾਈਮ ਦੇਖੋ ਤੇ ਤੁਹਾਨੂੰ ਸਮਝ ਆ ਲਓ ਸ਼ਾਹ ਜੀ ਫਿਰ ਤੁਹਾਡੇ ਰਿਕੁਐਸਟ ਕਰਨੇ ਆ ਕਿ ਤੁਹਾਨੂੰ ਤੁਸੀਂ ਲੱਗਦੇ ਹੱਥ ਜਿਹੜਾ ਆਓ ਮੈਂ ਤੁਹਾਨੂੰ ਦੱਸਦਾ ਲਓ ਜਨਾਬ ਅਸੀਂ ਮਾਸ਼ਾਅੱਲਾ ਪਹੁੰਚ ਗਿਆ ਜਿਹੜਾ ਮਾਸ਼ਾਅੱਲਾ ਉਹਨਾਂ ਦੇ ਕੋਲ ਤੀਸਰਾ ਜਾਨਵਰ ਸੀ ਔਰ ये देखो माशाल्लाह पहले तुहानू दिखाईए मूना वाली घोड़ी उस तो बाद बछेरी तुहानू दिखाई जे माशाल्लाह शाह जी इहदा कद जिहड़ा हैगा उहदे नालों भी उच्चा जे जा जी ये माशाल्लाह कद उहदे नालों वाहवा ही उच्चा है हाँ जी ते ये बड़ी नायाब चीज़ जे ये भी असीं प्यार है एक साडा ते ओह रखी जे बिल्कुल सही है ते दिखाई नहीं है किसी नूं लेकिन सिर्फ तुहाडे प्यार दी वजह तों बहुत मेहरबानी जनाब बहुत शुक्रिया जनाब सारे दोस्त जिहड़े जी जिहड़े शौक नाल देखना चाह रहे ने और देख रहे ने ते माशाल्लाह उन्हां दे वास्ते क्योंकि उन्हां दी फरमाइश हुंदी जी बाबा जी चंगे चंगे सानूं घोड़े विखाओ ते लो जनाब असीं भी लो जी असीं तुहानूं माशाल्लाह खूबसूरत जिहड़ा ओ तुहानूं घोड़ी विखाई और तुसीं कद वेख सकदे जे शाह जी नालों भी तकरीबन जिहड़ा ना एक मुठ उच्चा हैगा जी ते माशाल्लाह तुसीं जिस्म भी वेखो और पैर शहर तुहानूं मैं दिखाना यह देखो बिल्कुल गोल पैर हैगा जी बिल्कुल हर चीज़ गामचियाँ हर चीज़ माशाल्लाह अल्लाह पाक ने सोहणियां अता कीतियां ने ते जनाब पिछले पैर भी आ तुसीं देखो माशाल्लाह सोहणे पैर हैगा जी पुट्ठा छुट्टा है तुसीं वेख सकदे जे ए करीब तो पुट्ठा छुट्टा तुहानू वखाता जे पूरा हर चीज़ बनावट जिहड़ी हैगी है किधरे भी जिहड़ी है वह माशाला और पूछलों की तुसीं वेख सकते जे गामचियां गुमचियां हर चीज़ कन्न वगैरह और गर्दन वगैरह माशाला बहुत अच्छी चीज़ हैगी जे। अच्छा शाह जी इनकी उम्र कितनी होगी जे उम्र हो गई जी 3 साल ते ओहदे नालों 4 महीने वड्डी 4 महीने वड्डी है ठीक है माशाल्लाह कद शाह जी बहुत कर गई माशाल्लाह बहुत सोहना खूबसूरत कद भी है ते चीज भी बहुत ही ते शाह जी इहदा कुछ वेख्या जे कोई माशाल्लाह कोई पैर शहर इहदे वेखी जे कोई सवारी सूरी कीती जे कोई नहीं देखी आ वी इह उत्ते नहीं इहदे बैठे आ वी निक्के बच्चे नु बिठाया हां 2-3 वारी भतीजे नु बिठाया बस ਉਹ ਤਾਂ ਫਿਰ ਉਹਨੇ ਇੱਥੇ ਫੇਰਿਆ ਫੁਰਿਆ ਹੋਣਾ ਨਹੀਂ ਬਸ ਹੋਰ ਕੋਈ ਨਹੀਂ ਜੇ ਬੈਠੇ ਨਹੀਂ ਆ ਵੀ ਇਹਨੂੰ ਦਿਖਾਇਆ ਕੁਝ ਨਹੀਂ ਯਾਨੀ ਉਵੇਂ ਮੈਦਾਨ ਦੇ ਵਿੱਚ ਨਹੀਂ ਹਾਲੇ ਤੱਕ ਆਏ ਤੇ ਕੋਈ ਇਹ ਲਾਦੂ ਨਹੀਂ ਨਿਕਲੀ ਆ ਤੇ ਹਾਲੇ ਇਹਦਾ ਕੋਈ ਹੈ ਕੋਈ ਅਗਲਾ ਮਾਸ਼ਾਅੱਲਾ ਫਿਊਚਰ ਦੇ ਵਿੱਚ ਮਾਸ਼ਾਅੱਲਾ ਕੱਢਾਂ ਦੇ ਹੁਣ ਮੌਸਮ ਚੇਂਜ ਹੁੰਦਾ ਮਾਸ਼ਾਅੱਲਾ ਜੀ ਤੇ ਸ਼ਾਹ ਜੀ ਇਹਦੀ ਜਿਹੜਾ ਹੈਗਾ ਇਹ ਬਲੱਡ ਦੇ ਇਹਦੇ ਬਲੱਡ ਦੇ ਬਾਰੇ ਚ ਦੱਸੋ ਖਾਂ ਜਰਾ ਬਲੱਡ ਵੀ ਬੜਾ ਤਗੜਾ ਲੇਕਿਨ ਉਹ ਜਰਾ ਅਸੀਂ ਮਹਿਸੂਸ ਕਰਨੇ ਆ ਜਿਵੇਂ ਬਲੱਡ ਜਿਹੜਾ ਇਹਦਾ ਮਾਂ ਪਿਓ ਦਾ ਉਹਦਾ ਸੜਾ ਜਰਾ ਥੋੜਾ जी ठीक हो गया जिस तरह तुसी मुनासिब समझो क्योंकि ये शौक दी वीडियो हैगी है और माशाल्लाह दोस्तों खुश करने वास्ते जी बिल्कुल बिल्कुल सही तुसी फरमा रहे जी हाँ जी नहीं जी प्राइवेसी ठीक हैगी तुहाडी गल बजा बेहतर है क्योंकि तुसी ये केड़ा कुछ सेल करनी है तो खुश करने वास्ते दोस्तों इंजॉय वास्ते हैगी भी तुसी भी वेखो कि साढ़े को चीज़ा माशाल्लाह नायाब चीज़ा है ने कोई पाकिस्तान भी कोई वो नहीं हैगा भी साढ़े को घोड़िया नहीं माशाल्लाह तो माशाल्लाह तुसी वेखो दिल खुश हो जाता है क्योंकि स्क्रीन के उत्ते जनाब कुछ होर हुंदा तस्वीर के उत्ते कुछ होर तो जो घोड़ी आप आके वेखीए फिर उन्होंने पता लगता है कि यार शै की हैगी
फिर जो घोड़ी बंदे दे कोले खलोंदी है ते बंदा नाल खलोंदा ते फिर उन्हें पता लगता है कि यार शाह जी माशाल्लाह तुहाडी हाइट चंगी भली है ते जदों तुहाडे नालों घोड़ी की हाइट है तो वेखो तकरीबन हुण पता लगता है कि गिठ जिहड़ा है ना जदों टुरदी होवेगी उदों होर धौण चक लैंदी होवेगी मजीद चुक लैंदी। लो जी माशाल्लाह बहुत खूबसूरत चीज़ है जी, अल्लाह पाक नसीब करे शाह जी और तुहाडे शौक नूं इस तरह। तो शाह जी अगे भी फ्यूचर दे विच जिहड़ा हैगा जानवर होर ज्यादा लियावण दा कोई है? कोई लियावण दा इरादा है इंशाल्लाह जी, बाहरों अंकल होरां ने जाणा है हुण तैयारी पे करदे ने जी, इंशाल्लाह जाणा ने। ते अरबी नसल जिहड़ी हजूर हजूर पाक सल्लल्लाहु अलैहि वसल्लम सरकार दा जिन्हां ते सवारी कीती है ना उस नसल दे अरबी नसल जी जी, ओह गर्दन दे उत्ते अंगूठा मुबारक लग्गिया होया सुभान अल्लाह। इंशाल्लाह ओह लियावांदे ते उहनां दी खिदमत वास्ते लियावणे ने, सुभान अल्लाह वास्ते लियावणे, सुभान अल्लाह। अल्लाह पाक जनाब तुहानूं तौफीक देवे, अल्लाह पाक ए जिहड़ा खिदमत तुसीं जानवर दी गाजी मर्द दी कर रहे जे, अल्लाह पाक अपने रहमत दे विच उहनूं जगह देवे और मंजूर करे, आमीन जी आमीन। ते अल्लाह पाक जिहड़ा तुसीं सोचिया होया कि असीं ओह घोड़े लै के आईए और तुहाडी ए ओह जीनत बने, घर दी जीनत बने और बासे रहमत अल्लाह पाक तुहाडे वास्ते ओ करे और नसीब करे, साह लम्मे करे और तुहाडी जिहड़ी खिदमत नूं है ओ कबूल ओ मंजूर करे अल्लाह पाक। ते शाह जी बहुत यकीन करो मेरा दिल बहुत खुश होया क्योंकि मैं जिन्ना सफ़र करके आया से मैं थकिया होया सा, मगर जो माशाल्लाह तुहाडे वेखे ने ना चीज़ा तो एक बार दिल का जिहड़ा गुलशन है ना वो हरा हो गया। तो अल्लाह पाक सलामत रखे जी तुहानूं भी ते इहनूं भी, तो माशाल्लाह बहुत सोहनी चीज़ है। अच्छा शाह जी आ जाओ हुण आपां उसे घोड़ी वने दोबारा फिर चलीए तो बकाया गलबात करना है। लो जनाब वापस आने असी अपनी असल जिहड़ी वीडियो की तरफ, तो जनाब असी तुहानूं आ घोड़ी दे कोले लैणा। अच्छा शाह जी तुसीं दसदे पए सी कि इहदे पैर दे बारे च कुछ दस रहे सी, इहदा जिहड़ा पैर हैगा उहदे बारे च सानूं दसो क्योंकि इहदा पैर उरली साइड तो थोड़ा ना इह चुक रही सी, दर्द महसूस कर रही सी, ते इह की इह की प्रॉब्लम इहनूं? इह प्रॉब्लम होई सी इहदे कीड़े जे जी जी, पैर दा ठीक हो गया जी, देख दो पे ए सिर्फ ऐ जख्म रह गया बिच, ए खून निकलदा पे हुण कीड़े खत्म हो गए ने जी जी, ते ऐ एदी वजह तू ऐ जेड़ा पूरा पैर नहीं ना होया ऐ वेख्या ना ए टैट हो गया सारा खत्म जी जी, ते एदी वजह तू थोड़ा जिहा मसला बाकी हुण ठीक हो। अच्छा शाह जी को आखिरी गल ए रह गई ते इहदा तुसीं जरा कोई कीमत दे बारे च कोई दसो क्योंकि लोग कहंदे ने बाबा जी तुसीं गया जे ते वीडियो नहीं बनाई, बना तो लई जे ते सानूं कोई रेट शेट भी दसो, असीं अगा गलबात करनी। इंशाल्लाह तुहानूं रेट दा मैं कन्फर्म करके फोन नंबर तुसीं ले लो, मेरा भी ले लो ते अपना भी दे दिओ जी जी, ते मैं रेट जिहड़ा तुहानूं ओह फोन ते दस दियां तां अंकल होरां नाल मशवरा करके जी। आइए फिलहाल ते मैं उहनां नाल मशवरा नहीं कर सकदा आवें कि भई ओह शाह जी फिर अपना व्हाट्सएप नंबर दो कि जो दोस्त जो शौकीन ने वो फिर थोड़े फिर राबता कर लेंगे उन्हें फिर तुम उन्होंने फिर अगाही कर देना। नंबर लिख लो जी जी 346 0346 76 177 ये व्हाट्सएप नंबर है जी, व्हाट्सएप नंबर है यही, व्हाट्सएप है यही सारा कुछ, यानी यो ही कॉल है, कोई कॉल कर ले कॉल कर ले, तो जे कोई व्हाट्सएप किसी ने गलबात करनी है तो यो ही नंबर है। चलो ठीक है शाह जी बहुत मेहरबानी। लो जी ए जनाब सारे जानवर तुसी देखे जे, घोड़ी जिहड़ी असी तुहानू दिखाई है असी इहदा तुहानू कोई चीज़ कोई लुकोई नहीं है, तुहानू असी पैर उहदा दिखा दिता है कि ये पैर जिहड़ा ना एक पासो जख्मी हैगा जी, खुर बच गया हुण जिहड़ा ओह तुसी हर चीज़ अपने सामने तुसी देख ली, असी छुपाया कोई चीज़ नहीं। घोड़ी भी तुहानू जनाब शाह जी ने सारी दिखा दिती है, घोड़ी क्रॉसिंग हैगी वह भी तुसी देख ली है, घोड़ी दे हवाले दे नाल जिहड़ा इहदा बच्चा सी वह भी तुहानू असी इस वीडियो दे विच दिखा दिता है, शाह जी कोल जिहड़ी दूसरी घोड़ी हैगी सी शकीनी वाली वह भी तुहानू असी दिखा दिती है। तो माशाल्लाह तुसी एड्रैस भी वेख लिया जे कि असी चौधरी अंसर साहब दे डेरे ते जनाब इस वक्त मौजूद हैगे आ, ते ए देखो ए चौधरी अंसर साहब दा डेरा हैगा जे सामने माशाल्लाह अंडर आले कंट्रस्ट उनकी मरम्मत हो रही है मगर बहुत अच्छी माशाल्लाह काम शुरू है। तो जनाब उन्होंने यह भी दस दिता कि असी होर भी जड़े ने माशाल्लाह नायाब चीज़ा जड़िया ने हजूर सल्लल्लाहु अलैहि वसल्लम दे शाना बशाना जड़े जानवर रहे ने उन्होंने नस्ल के जानवर असी अपने इंशाल्लाह इस डेरे की जीनत बन गए, अल्लाह पाक उन्होंने जनाब हिम्मत देवे ते शौक नूं मजीद जड़ा ना
वह तरक्या बख्शे अल्लाह पाक। तो जनाब वीडियो की तरफ दोबारा फिर असं वापस आने हैं। घोड़ी के बारे से असं तुम्हें सारी गलबात दस दी है, कीमत उन्होंने जनाब शाहजी उन्होंने कह दी है कि जी मैं थोड़ा जहा टाइम दो, मैं गलबात करके वट्सएप के उत्ते दोस्तों के नाल जनाब ये असं डिस्कस कर लवेंगे। तो वट्सएप नंबर भी शाहजी का थोड़े को आ गया। तो शाहजी अपना नाम भी दस दिया जी दोबारा। जी मेरा नाम सैयद आसम हुसैन शाह। आसम हुसैन शाह साहब ने लो जनाब इन्ह का नंबर भी थोड़े को आ गया जी। जी जी ठीक हो गया शाह जी। लो जी वीडियो चंगी लगी हो तो लाइक एंड शेयर जरूर कीजिएगा। तो इंशाल्लाह इस तरह की वीडियो के फिर थोड़े नाल असी इंशाल्लाह मुलाकात करांगे। तो साढ़े चैनल में जनाब सबसक्राइब करो, लाइक करो, दोस्तों के नाल शेयर करो। तो कमेंट के जरूर तुम दस्या जे कि जानवर जोड़े शाहजी को माशाला तुम्हें कैसे लगे। तो इजाजत चाहते जी नई वीडियो के इंशाल्लाह फिर मुलाकात होगी तो फी मानुल्ला अल्लाह हाफिज़ जी।